ਹਸਪਤਾਲ ਗ੍ਰੀਨ ਐਵਨਿਊ ਵਿਖੇ ਹਸਪਤਾਲ ਦੇ ਚੇਅਰਮੈਨ ਪਵਨ ਅਰੋੜਾ ਦੀ ਅਗਵਾਈ ਹੇਠ ਸੁਸਾਇਟੀ ਦੇ ਪ੍ਰਧਾਨ ਹਰਸਿਮਰਨ ਸਿੰਘ ਵੱਲੋਂ ਹਸਪਤਾਲ ਵਿਖੇ ਖੂਨਦਾਨ ਕੈਂਪ ਲਗਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕੀਤਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਹਰਸਿਮਰਨ ਸਿੰਘ ਨੇ ਆਖਿਆ ਕਿ ਸੁਸਾਇਟੀ ਵੱਲੋਂ ਹਰ 3 ਮਹੀਨਿਆਂ ਬਾਅਦ ਬਲੱਡ ਕੈਂਪ ਲਗਾਇਆ ਜਾਂਦਾ ਹੈ ਅਤੇ ਉਹਨਾਂ ਆਖਿਆ ਕਿ ਪਿਛਲੇ ਦਿਨੀ ਉਹਨਾਂ ਵੱਲੋਂ ਫਾਸਟ ਨਿਊਜ਼ ਚੈਨਲ ਉੱਪਰ ਚੱਲ ਰਹੇ ਸਾਮ ਸਵਾਲ ਪ੍ਰੋਗਰਾਮ ਵਿੱਚ ਵੀ ਭਾਗ ਲਿਆ ਗਿਆ ਸੀ, ਜਿਸ ਵਿੱਚ ਉਹਨਾਂ ਨੇ ਬਲੱਡ ਕੈਂਪ ਬਾਰੇ ਕਈ ਵਿਚਾਰ ਸਾਂਝੇ ਕੀਤੇ ਅਤੇ ਉਸ ਦੇ ਤਹਿਤ ਇਸ ਕੈਂਪ ਵਿੱਚ ਲੋਕਾਂ ਨੇ ਕਾਫੀ ਉਤਸ਼ਾਹ ਦਿਖਾਇਆ ਹੈ ਅਤੇ ਖੂਨਦਾਨ ਕੀਤਾ ਹੈ ਅਤੇ ਉਹਨਾਂ ਇਹ ਵੀ ਆਖਿਆ ਕਿ ਸਾਨੂੰ ਸਾਰਿਆਂ ਨੂੰ ਕਿਸੇ ਜ਼ਿੰਦਗੀ ਬਚਾਉਣ ਲਈ ਖੂਨਦਾਨ ਕਰਨਾ ਚਾਹੀਦਾ ਹੈ। ਵੱਡੀ ਗਿਣਤੀ ਵਿੱਚ ਹਸਪਤਾਲ ਦਾ ਸਟਾਫ ਅਤੇ ਸੁਸਾਇਟੀ ਦੇ ਮੈਂਬਰ ਮੌਜੂਦ ਸਨ। ਦੇਖੋ, ਜਸਟ ਸੇਵਾ ਸੁਸਾਇਟੀ ਦੇ ਇਹਨਾਂ ਦੇ ਸਾਰੇ ਮੈਂਬਰਸ ਹਰਸਿਮਰਨ ਜੀ ਸਾਰੇ ਇੱਕ ਬੜਾ ਜਿਹੜਾ ਗ੍ਰੇਟਨੈਸ ਵਾਲਾ ਕੰਮ ਕਰਦੇ ਆ ਕਿ ਹਰ 3 ਮਹੀਨਿਆਂ ਬਾਅਦ 2 ਮਹੀਨਿਆਂ ਬਾਅਦ ਬਲੱਡ ਡੋਨੇਸ਼ਨ ਕੈਂਪ ਜਿਹੜਾ ਅਰੇਂਜ ਕਰਾ ਰਹੇ ਆ। ਸਾਨੂੰ ਬੇਸਿਕਲੀ ਕੀ ਹੈ ਕਿ ਇਹੋ ਜਿਹੇ ਬੜੇ ਘੱਟ ਗਿਣਤੀ ਵਾਲੇ ਲੋਕ ਮਿਲਦੇ ਆ ਜਿਹੜੇ ਸਾਡੀ ਇਸ ਮਸਲੇ 'ਚ ਸਪੋਰਟ ਕਰ ਸਕਣ, ਕਿਉਂਕਿ ਮੈਂ ਅੱਗੇ ਵੀ ਇਹ ਗੱਲ ਕਹਿੰਦਾ ਕਿ ਇਹ ਜਿਹੜੀ ਚੀਜ਼ ਹੈਗੀ ਹੈ ਬਾਜ਼ਾਰ 'ਚ ਮੁੱਲ ਮਿਲਣ ਵਾਲੀ ਜਿਹੜੀ ਚੀਜ਼ ਨਹੀਂ ਹੈਗੀ, ਅਸੀਂ ਲੋਕ ਡੋਨੇਟ ਕਰਾਂਗੇ ਤਦ ਹੀ ਲੋੜਵੰਦਾਂ ਨੂੰ ਬਲੱਡ ਦਾ ਫਾਇਦਾ ਹੈਗਾ। ਔਰ ਅੱਜ ਦਾ ਜਿਹੜਾ ਟਾਰਗੇਟ IEMC ਹਸਪੀਟਲ ਦੇ ਵਿੱਚ ਸ਼੍ਰੀ ਪਵਨ ਅਰੋੜਾ ਜੀ ਦੀ ਮਦਦ ਦੇ ਨਾਲ, ਕਿਉਂਕਿ ਸਾਰਾ ਇਨਫਰਾਸਟ੍ਰਕਚਰ ਹੋਏਗਾ ਓਪਨ, ਅਤੇ ਅਸੀਂ ਅੱਜ ਕੱਲ੍ਹ ਬਿਮਾਰੀਆਂ ਤੋਂ ਬਚਣ ਲਈ ਕੈਂਪ ਜ਼ਿਆਦਾ ਓਪਨ 'ਚ ਨਹੀਂ ਲਾਉਂਦੇ ਕਿਉਂਕਿ ਡੋਨਰ ਦੀ ਸਿਹਤ ਦਾ ਵੀ ਖਿਆਲ ਨਾਲ ਰੱਖਣਾ ਹੁੰਦਾ। ਅਤੇ ਜਿਹੜਾ ਉਪਰਾਲਾ ਫਾਸਟਵੇ ਨੇ ਵੀ ਇਸ ਵਾਰੀ ਕੀਤਾ ਸੀ ਜੀ, ਕਿ ਜਿਹਦੇ ਵਿੱਚ ਤਕਰੀਬਨ 20-25 ਮਿੰਟ ਦੀ ਇੰਟਰਵਿਊ ਬਲੱਡ ਡੋਨੇਸ਼ਨ ਦੇ ਫਾਇਦੇ ਬਾਰੇ ਅਸੀਂ ਕੀਤੀ ਸੀ, ਉਹਦੇ ਨਾਲ ਫਸਟ ਟਾਈਮ ਡੋਨਰ ਜਿਹੜੇ ਨੇ ਅੱਜ ਸਵੇਰ ਦੇ ਪੁਰਾਣੇ ਡੋਨਰਸ ਦੇ ਘੱਟ ਆ ਰਹੇ ਨੇ, ਐਤਕੀ ਨਵੇਂ ਡੋਨਰ ਕੁੜੀਆਂ ਔਰ ਫਸਟ ਟਾਈਮ ਡੋਨਰ ਬੜੇ ਆਏ ਨੇ। ਵੈਸੇ ਇੱਕ ਮੈਨੂੰ ਸੂਚਨਾ ਮਿਲੀ ਭਾਈ ਕੋਲ ਖੂਨ ਗਰੁੱਪ ਦਿੰਦੇ ਪਏ ਹਾਂ ਅਤੇ ਆਪਾਂ ਉਹਨਾਂ ਕਰਕੇ ਇੱਥੇ ਆ ਗਏ ਹਾਂ। ਪੋਸਟਰ ਲੱਗਾ ਸਾਡੀ ਦੁਕਾਨ ਦੇ ਵਿੱਚ, ਠੀਕ ਹੈ, ਹਫ਼ਤਾ ਹੋਇਆ ਪੋਸਟਰ ਲੱਗੇ ਨੂੰ ਖੂਨ ਗਰੁੱਪ ਦਾ, ਅਤੇ ਆਪਾਂ ਪੋਸਟਰ ਨੂੰ ਸਾਡੀ ਦੁਕਾਨ 'ਤੇ ਲੱਗਾ ਅਤੇ ਆਪਾਂ ਹੀ ਦੇਣ ਆਵਾਂਗੇ ਤਾਂ ਕਿੰਨੀ ਮਾੜੀ ਗੱਲ, ਆਪਾਂ ਦੇ ਨਹੀਂ ਸਕਾਂਗੇ। ਇਹੀ ਮੈਸੇਜ ਦੇ ਰਹੇ ਹਾਂ ਕਿ ਤੁਹਾਡੇ ਆਪਣੀ ਬੋਡੀ ਵਾਸਤੇ ਬਹੁਤ ਵਧੀਆ ਵਾ, ਤੁਹਾਡਾ ਓਬੈਸਿਟੀ ਨੂੰ ਕੰਟਰੋਲ ਕਰਦਾ ਵਾ, ਹੋਰ ਕਈ ਬਿਮਾਰੀਆਂ ਬਲੱਡ ਡੋਨੇਸ਼ਨ ਦੇ ਨਾਲ ਕੰਟਰੋਲ ਹੁੰਦੀਆਂ। ਮੈਨੂੰ ਸਿਰਫ ਸਕੂਨ ਹੀ ਮਿਲਦਾ ਜੀ ਇਹਦੇ 'ਚ ਆ ਕੇ। 8ਵੀਂ ਵਾਰੀ ਮੈਂ ਆਇਆ ਵਾਂ, ਸਵੇਰੇ ਮੈਨੂੰ ਰਾਤੀ ਮੈਸੇਜ ਆ ਜਾਂਦਾ ਤੁਸੀਂ ਸਵੇਰੇ ਆਉਣਾ ਅਤੇ ਮੈਂ 10 ਵਜੇ ਇੱਥੇ ਪਹੁੰਚ ਜਾਂਦਾ ਵਾਂ, ਸਿਰਫ ਇੱਕ ਮਨ ਦੇ ਸਕੂਨ ਵਾਸਤੇ ਕਿ ਮੈਂ ਕਿਸੇ ਨੂੰ ਕੁਛ ਦੇ ਰਿਹਾ ਵਾਂ। ਦੇਖੋ ਜੀ, ਜਿੰਨੀ ਵਧੀਆ ਅੱਜ ਤੱਕ ਜਸ ਸੇਵਾ ਸੁਸਾਇਟੀ ਨੇ ਕੈਂਪ ਅਰੇਂਜ ਕੀਤਾ ਹੈ ਜੀ, ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਪਹੁੰਚਿਆ ਜਾਵੇ ਜੀ। ਪਹੁੰਚ ਕੇ ਜਿਹੜਾ ਇਹ ਮਹਾਂਦਾਨ ਜਿਹਨੂੰ ਗਿਣਿਆ ਜਾਂਦਾ, ਖੂਨਦਾਨ ਕਰਕੇ ਕਿਸੇ ਨਾ ਕਿਸੇ ਦੀ ਜੇ ਕਿਸੇ ਤਰੀਕੇ ਨਾਲ ਜੇ ਅਸੀਂ ਹੈਲਪ ਕਰ ਸਕਦੇ ਹਾਂ ਤਾਂ ਬਸ ਇੱਕ ਉਹੋ ਉਪਰਾਲੇ ਦੀ ਵਜ੍ਹਾ ਇੱਥੇ ਨਾਲ ਜਸ ਸੇਵਾ ਸੁਸਾਇਟੀ ਦੇ ਨਾਲ ਜੁੜੇ ਹਾਂ ਜੀ। ਇਹ ਜਸ ਸੇਵਾ ਸੁਸਾਇਟੀ ਵੱਲੋਂ ਉੱਦਮ ਕੀਤਾ ਜਾਂਦਾ ਜੀ, ਹੋਰ ਵੀ ਬਹੁਤ ਸਾਰੀਆਂ ਸੁਸਾਇਟੀ ਉੱਦਮ ਕਰਦੀਆਂ, ਬੜਾ ਉੱਤਮ ਉੱਦਮ ਹੈ, ਮਾਨਵਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ, ਖੂਨਦਾਨ ਜਿਹੜਾ ਮਹਾਂਦਾਨ ਕਿਹਾ ਗਿਆ ਉਹਨੂੰ। ਅੱਜ ਜਸ ਸੇਵਾ ਸੁਸਾਇਟੀ ਵੱਲੋਂ ਇੱਕ ਨਾਰਾ ਵੀ ਦਿੱਤਾ ਗਿਆ, ਅਸੀਂ ਇੱਕ ਅੱਜ ਐਕਸਚੇਂਜ ਆਫਰ ਚਲਾ ਰਹੇ ਹਾਂ, ਸਾਨੂੰ ਜਿਹੜਾ ਕੋਈ ਖੂਨ ਦੇ ਕੇ ਜਾਂਦਾ ਬਦਲੇ 'ਚ ਉਹਨੂੰ ਅਸੀਂ ਪਲਾਂਟਸ ਦੇ ਰਹੇ ਹਾਂ, ਤਾਂ ਸਾਡਾ ਨਾਰਾ ਅੱਜ ਹੈਗਾ ਲਾਲ ਦੇ ਜੋ ਅਤੇ ਹਰਾ ਲੈ ਜਾਓ, ਅਤੇ ਨਾਲ ਹੀ ਚਿੱਟੇ ਤੋਂ ਜ਼ਰੂਰ ਬਚੋ, ਚਿੱਟੇ ਤੋਂ ਬਚੋ, ਲਾਲ ਦੇ ਜੋ, ਹਰਾ ਲੈ ਜਾਓ, ਇਹੋ ਸਾਡਾ ਨਾਰਾ।